ਰੁਦਰ ਸੈਨਾ ਸੰਗਠਨ ਵੱਲੋਂ ਪੀੜਿਤਾਂ ਵਾਸਤੇ ਜਿਹੜੇ ਗਰੀਬ ਲੋਕ ਹੈਗੇ ਨੇ ਆਪਣੇ ਮੇਨ ਆਫਿਸ ਧੰਨ ਮਹੱਲਾ ਦੇ ਵਿੱਚ ਸਬਜ਼ੀਆਂ ਵਾਸਤੇ ਪੈਕਿੰਗ ਕਰਕੇ ਡਿਸਟ੍ਰੀਬਿਊਸ਼ਨ ਕੀਤੀ ਜਾ ਰਹੀ ਹੈ। ਜਿਹੜੇ ਜ਼ਰੂਰਤਮੰਦ ਲੋਕ ਹੈ, ਦਿਹਾੜੀਦਾਰ ਲੋਕ ਨੇ, ਜਿਹੜੇ ਮਜ਼ਦੂਰ ਭਰਾ ਨੇ, ਜਿਹੜੇ ਇਹ ਲੋਕਡਾਊਨ ਦੇ ਦੌਰਾਨ ਕੰਮ 'ਤੇ ਨਹੀਂ ਜਾ ਸਕਦੇ, ਜਾਂ ਕੁਛ ਵਿਡੋਜ਼ ਲੇਡੀਆਂ ਹੈਗੀਆਂ, ਉਹਨਾਂ ਵਾਸਤੇ ਇਹ ਸਾਰੀ ਵਿਵਸਥਾ ਕੀਤੀ ਗਈ ਹੈ। ਮੰਡੀਓ ਸਮਾਨ ਲਿਆ ਕੇ ਪੈਕਿੰਗ ਕਰਕੇ ਉਹਨਾਂ ਦੇ ਘਰਾਂ 'ਚ ਦਿੱਤਾ ਜਾਏਗਾ, ਜਿਹਦੇ ਨਾਲ ਉਹਨਾਂ ਨੂੰ ਭਰ ਪੇਟ ਭੋਜਨ ਮਿਲ ਜਾਏਗਾ। ਸਰ, ਜਿਹੜਾ ਉਪਰਾਲਾ ਹੈ, ਕਿੰਨੇ ਬੰਦਿਆਂ ਨੂੰ ਤੁਸੀਂ ਪ੍ਰੋਵਾਈਡ ਕਰ ਰਹੇ ਹੋ? ਇਸ ਵੇਲੇ ਅਸੀਂ ਲਗਭਗ 100 ਦੇ ਕੋਲ ਪੈਕਟਸ ਤਿਆਰ ਕੀਤੇ ਆ, ਜਿਹੜੇ ਅਸੀਂ ਡਿਸਟ੍ਰੀਬਿਊਟ ਕਰਨੇ ਆ, ਔਰ ਉਸਦੇ ਨਾਲ ਨਾਲ ਇੱਕ ਛੋਟੇ ਪੈਕਟਸ ਹੈਗੇ ਆ ਜਿਹੜੇ ਬੱਚਿਆਂ ਵਾਸਤੇ। ਇਹ ਪੈਕਿੰਗ ਤਿਆਰ ਕੀਤੀ ਹੈ ਅਸੀਂ, ਜਿਹਦੇ 'ਚ ਕੁਛ ਬਿਸਕਿਟਸ ਹੈ, ਚੋਕਲੇਟਸ ਹੈ, ਨਮਕੀਨ ਹੈ, ਜਿਹੜਾ ਕਿ ਅਸੀਂ ਬੱਚਿਆਂ ਨੂੰ ਦੇਣਾ। ਇਹ 100 ਦੇ ਕੋਲ ਪੈਕਟ ਇਹ ਵੀ ਤਿਆਰ ਕੀਤਾ ਹੈ ਜੀ। ਇਹ ਉਪਰਾਲਾ ਇੱਦਾਂ ਹੀ ਚੱਲਦਾ ਰਹੇਗਾ ਤੁਹਾਡੇ ਵੱਲੋਂ? ਦੇਖੋ, ਜਿੰਨੇ ਵੀ ਜ਼ਰੂਰਤਮੰਦ ਲੋਕ ਹੈਗੇ ਆ, ਉਹਨਾਂ ਵਾਸਤੇ ਰੁਦਰ ਸੈਨਾ ਸੰਗਠਨ ਹਰ ਵੇਲੇ ਤਿਆਰ ਹੈ। ਜਿਨ੍ਹਾਂ ਨੂੰ ਐਕਚੁਅਲ 'ਚ ਲੋੜ ਹੈਗੀ ਹੈ, ਉਹਨਾਂ ਵਾਸਤੇ ਅਸੀਂ ਇਹ ਜ਼ਰੂਰ ਜਾਰੀ ਰੱਖਾਂਗੇ। ਕੋਈ ਅਪੀਲ ਜਨਤਾ ਵਾਸਤੇ? ਸਾਡੀ ਇਹੀ ਅਪੀਲ ਹੈ ਕਿ ਆਪਣੇ ਘਰਾਂ 'ਚ ਰਹੋ, ਕਿਉਂਕਿ ਹੁਣ ਤੋਂ ਜਿਹੜਾ ਟਾਈਮ ਸ਼ੁਰੂ ਹੋਣਾ ਹੈ, ਉਹ ਨਿਊਜ਼ ਵੀ ਆ ਰਿਹਾ ਹੈ ਕਿ 3 ਤੋਂ 4 ਦਿਨ ਬੜੇ ਕ੍ਰੂਸ਼ਲ ਹੈਗੇ ਆ। ਆਪਣੇ ਆਪਣੇ ਘਰਾਂ 'ਚ ਰਹੋ, ਬਣੇ ਰਹੋ। ਜੇ ਕੋਈ ਤੁਹਾਡੇ ਨੇੜੇ ਤੇੜੇ ਕੋਈ ਗਰੀਬ, ਕੋਈ ਮਾਤੜ ਬੰਦਾ ਨਜ਼ਰ ਆਉਂਦਾ, ਉਹਦੀ ਜਾਣਕਾਰੀ ਤੁਸੀਂ ਦੇ ਸਕਦੇ ਹੋ, ਉਸਦੇ ਘਰ ਰਾਸ਼ਨ ਪਹੁੰਚ ਜਾਏਗਾ। ਉਸਦੇ ਨਾਲ ਨਾਲ ਪੰਜਾਬ ਨਿਊਜ਼ ਚੈਨਲ ਦਾ ਵੀ, ਜਿਹੜੇ ਇੰਨੇ ਮੁਸ਼ਕਲ ਦੌਰ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਜਾ ਕੇ ਕਵਰੇਜ ਕਰ ਰਹੇ ਆ, ਔਰ ਆਮ ਜਨਤਾ ਤੱਕ ਇਹ ਸਾਡਾ ਸੁਨੇਹਾ ਪਹੁੰਚਾ ਰਹੇ ਨੇ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਮੰਮੀ ਕਹਿੰਦੇ ਦੋ ਦਿਨ ਦੇ ਨਾਲ